ਆਪ ਸਭ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿ ਸ੍ਰੀ ਅਕਾਲ ਮੇਰਾ ਨਾਮ ਕਿਰਨਦੀਪ ਕੌਰ ਹੈ ਅੱਜ ਮੈਂ ਤੁਹਾਡੇ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਕੁਝ ਵਿਚਾਰ ਸਾਂਝੇ ਕਰਨ ਜਾ ਰਹੀ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਦੇ ਨੌਵੇਂ ਗੁਰੂ ਹੋਏ ਸਨ ਆਪ ਨੂੰ ਹਿੰਦ ਦੀ ਚਾਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਜੋ Hindu ਧਰਮ ਲਈ ਕੁਰਬਾਨੀ ਦਿੱਤੀ ਉਸ ਨੂੰ ਸਿੱਖ ਜਾਤੀ ਦੇ ਨਾਲ ਨਾਲ ਸਾਰਾ Hindu ਧਰਮ ਵੀ ਯੁੱਗੋ ਯੁਗਾੰਤਰ ਤੱਕ ਯਾਦ ਰੱਖੇਗਾ ਗੁਰੂ ਤੇਗ ਬਹਾਦਰ ਜੀ ਦਾ ਜਨਮ 1621 ਈਸਵੀ ਵਿੱਚ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕਰ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਬਚਪਨ ਵਿੱਚ ਹੀ ਆਪ ਨੇ ਤਲਵਾਰ ਚਲਾਉਣ ਵਿੱਚ ਮਹਾਰਤ ਹਾਸਲ ਕਰ ਲਈ ਸੀ ਇੱਕ ਵਾਰ ਆਪ ਨੇ ਤਲਵਾਰ ਦੇ ਉਹ ਜੋਰ ਵਿਖਾਏ ਕਿ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪ ਦਾ ਨਾਂ ਬਦਲ ਕੇ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਬਚਪਨ ਤੋਂ ਹੀ ਆਪ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਪਰੰਤੂ ਇਸ ਦਾ ਮਤਲਬ ਇਹ ਨਹੀਂ ਸੀ ਕਿ ਆਪ ਨੂੰ ਯੁੱਧ ਦਾ ਗਿਆਨ ਨਹੀਂ ਸੀ ਆਪ ਇੱਕ ਬਹੁਤ ਹੀ ਬਹਾਦਰ ਤੇ ਦਲੇਰ ਪੁਰਖ ਸਨ ਪਿਤਾ ਦੇ ਜੋਤੀ ਜੋਤ ਸਮਾ ਜਾਣ ਮਗਰੋਂ ਆਪ ਬਾਬਾ ਬਕਾਲਾ ਵਿਖੇ ਆ ਕੇ ਇੱਥੇ ਆ ਕੇ ਆਪ ਨੇ ਲਗਾਤਾਰ 20 ਸਾਲ ਇੱਕ ਨਿੱਕੀ ਜ਼ਿਹੇ ਭੋਰੇ ਵਿੱਚ ਰਹਿ ਕੇ ਪ੍ਰਭੂ ਭਗਤੀ ਕੀਤੀ 8ਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਆਪਣੇ ਆਖਰੀ ਸਮੇਂ ਵਿੱਚ ਜਾਂਦੇ ਜਾਂਦੇ ਇਹ ਕਹਿ ਗਏ ਸਨ ਕਿ 9ਵੇਂ ਗੁਰੂ ਬਾਬਾ ਵਕਾਲਾ ਵਿਖੇ ਮਿਲਣਗੇ ਇਹ ਸੁਣ ਕੇ ਕਈ ਪਖੰਡੀ ਲੋਕਾਂ ਨੇ ਖੁਦ ਨੂੰ ਗੁਰੂ ਦੱਸਣਾ ਸ਼ੁਰੂ ਕਰ ਦਿੱਤਾ ਮੱਖਣ ਸ਼ਾ ਲੁਭਾਣਾ ਜੋ ਕਿ ਇੱਕ ਬਹੁਤ ਵੱਡਾ ਵਪਾਰੀ ਸੀ ਗੁਰੂ ਜੀ ਦੀ ਤਲਾਸ਼ ਵਿੱਚ ਬਾਬਾ ਵਕਾਲਾ ਵਿਖੇ ਪਹੁੰਚਿਆ ਉਸ ਨੇ ਸੁਖਣਾ ਸੁਖੀ ਸੀ ਕਿ ਉਹ ਆਪਣੇ ਗੁਰੂ ਜੀ ਨੂੰ ਸੋਨੇ ਦੀਆਂ 500 ਮੋਹਰਾਂ ਭੇਟ ਕਰੇਗਾ ਪਰ ਇੱਥੇ ਆ ਕੇ ਇੰਨੇ ਸਾਰੇ ਗੁਰਾਂ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ ਅਸਲੀ ਗੁਰੂ ਦੀ ਪਛਾਣ ਕਰਨ ਲਈ ਉਸਨੇ ਹਰੇਕ ਕੱਗੇ ਪੰਜ ਪਲ ਮੋਹਰਾ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਅੰਤਜ਼ਦ ਉਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪੁੱਜਿਆ ਤੇ ਪੰਜ ਮੋਰਾ ਭੇਟ ਕੀਤੀਆਂ ਤਾਂ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਤੂੰ ਸੁਖਣਾ ਤਾਂ 500 ਮੋਰਾ ਦੀ ਸੁਖੀ ਸੀ ਇਹ ਪੰਜ ਮੋਰਾ ਭੇਟ ਕਰਕੇ ਕਿੱਥੇ ਜਾ ਰਿਹਾ ਹੈ ਇਹ ਸੁਣ ਕੇ ਮੱਖਣਸ਼ਾ ਲੁਬਾਣਾ ਖੁਸ਼ੀ ਵਿੱਚ ਨੱਚ ਉੱਠਿਆ ਅਤੇ ਬਾਹਰ ਆ ਕੇ ਗੋਣ ਲੱਗਾ ਗੁਰੂ ਲਾਦੋ ਰੇ ਗੁਰੂ ਲਾਦੋ ਰੇ ਜਿਸ ਦਾ ਮਤਲਬ ਸੀ ਗੁਰੂ ਲੱਭ ਗਿਆ ਇਸ ਤਰ੍ਹਾਂ ਸਿੱਖ ਸੰਗਤਾਂ ਨੂੰ ਆਪਣਾ ਗੁਰੂ ਮਿਲ ਗਿਆ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਸਿੱਖਾਂ ਨੇ ਨਵੇਂ ਗੁਰੂ ਵਜੋਂ ਵਿਰਾਜਮਾਨ ਹੋਏ ਗੁਰਗੱਦੀ ਦੇ ਬੈਠਣ ਤੋਂ ਉਪਰੰਤ आप करतारपुर साहब आ गए इतने आके आप एक होर शहर आनंदपुर साहब भी वसाया एक दिन आप गुरु गद्दी पर बैठे सन कि कुछ कश्मीरी पंडित आप जी को मदद दी की फरियाद लेके आए उन्होंने दसिया कि औरंगजेब उन्होंने जबरन मुसलमान बनाया होया है इस समय गुरु जी ने कहा कि इस वे सिर्फ किसी महापुरुष की कुरबानी ही औरंगजेब के जुल्मां को रोक सकती है ਬਾਲ ਗੋਬਿੰਦ ਰਾਏ ਉਸ ਵੇਲੇ ਆਪ ਦੇ ਕੋਲ ਹੀ ਬੈਠੇ ਸਨ ਉਹਨਾਂ ਨੇ ਕਿਹਾ ਪਿਤਾ ਜੀ ਇਸ ਵੇਲੇ ਆਪ ਨਾਲੋਂ ਮਹਾਨ ਪੁਰਸ਼ ਹੋਰ ਕੌਣ ਹੋ ਸਕਦਾ ਹੈ ਉਹਨਾਂ ਦੇ ਇਹ ਸ਼ਬਦ ਸੁਣ ਕੇ ਆਪ ਦਿੱਲੀ ਵਿਖੇ ਸ਼ਹੀਦੀ ਦੇਣ ਲਈ ਤੁਰ ਪਏ ਜਿੱਥੇ ਆਪ ਨੇ ਸ਼ਹੀਦੀ ਦਿੱਤੀ ਉੱਥੇ ਗੁਰਦੁਆਰਾ ਸ਼ਹੀਦਾਂ ਸਾਹਿਬ ਉਸਾਰਿਆ ਗਿਆ ਹੈ ਆਪ ਦੀ ਸਾਰੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਕਲਿਤ ਕੀਤਾ ਗਿਆ ਹੈ ਆਪ ਦੀ ਸਾਰੀ ਬਾਣੀ ਸੁਖ ਤੇ ਸ਼ਾਂਤੀ ਪ੍ਰਦਾਨ ਕਰਨ ਵਾਲੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ